ਇੱਕ ਅੱਜ ਜਿਹੜੀ ਇਜਲਾਸ ਹੋਇਆ ਜੀ ਪੀਸੀ ਦਾ ਉਹਦੇ ਵਿੱਚ ਕਾਫੀ ਤੁਸੀਂ ਵਿਰੋਧਤਾ ਕੀਤੀ ਆ ਔਰ ਸਿਆਸੀ ਪਾਰਟੀਆਂ ਦਾ ਕਹਿਣਾ ਤੁਸੀਂ ਜਿਹੜੀ ਜਗ੍ਹਾ ਤੇ ਜਾਂਦੇ ਹੋ ਉੱਥੇ ਵਿਰੋਧ ਕਰਦੇ ਹੋ ਅਸੀਂ ਜਾਗਦੇ ਆ ਇਸ ਕਰਕੇ ਵਿਰੋਧ ਕਰਦੇ ਆ ਸਾਨੂੰ ਪਤਾ ਲੱਗ ਜਾਂਦਾ ਵੀ ਗੜਬੜ ਹੋਣ ਲੱਗੀ ਆ ਅੱਜ ਵੀ ਜਿਹੜੀ ਚੋਣ ਹੋਈ ਹੈ ਮੈਨੂੰ ਆ ਗੱਲ ਕਹਿਣ ਚ ਕੋਈ ਗੁਰੇਜ਼ ਨਹੀਂ ਕਿ ਸਖਵੀਰ ਸਿੰਘ ਬਾਦਲ ਕੱਲ ਉਹ ਕਿਹੜਾ ਮੈਂਬਰ ਆ ਕੱਲ ਕੀ ਕਰਨ ਆਇਆ ਸੀ ਹਰਮੰਦਰ ਸਾਹਿਬ ਮੱਥਾ ਟੇਕਣ ਨਹੀਂ ਆਇਆ ਮੀਟਿੰਗ ਸੱਦੀ ਸਪੈਸ਼ਲ ਮੀਟਿੰਗ ਸੱਦ ਕੇ ਸਾਰਿਆਂ ਨੂੰ ਕਿਹਾ ਵੀ ਅਧਿਕਾਰ ਕਿਹਦੇ ਕੋਲੇ ਕਹਿੰਦੇ ਸੁਖਵੀਰ ਬਾਦਲ ਕੋਲੇ ਲਫਾਫੇ ਚ ਪਾ ਕੇ ਪ੍ਰਧਾਨ ਦੇਤਾ ਉਹ ਲਫਾਫਾ ਬੀਬੀ ਜ਼ਗੀਰ ਕੌਰ ਨੇ ਖੋਲਿਆ ਉਹਦੇ ਚੋਂ ਪ੍ਰਧਾਨ ਨਿਕਲੇ ਆਇਆ ਉਹਦੇ ਚੋਂ ਬਾਕੀ ਮੈਂਬਰ ਨਿਕਲੇ ਆਏ ਤੇ ਜੇ ਲਫਾਫੇ ਚੋਂ ਹੀ ਪ੍ਰਧਾਨ ਕੱਢਣਾ ਸੀ ਫੇ ਸਾਨੂੰ ਸੱਦਣ ਦੀ ਕੀ ਲੋੜ ਸੀ ਫੇ ਕਿਰਨਜੀਤ ਕੌਰ ਕੋਲੋਂ ਮਾਈਕ ਖੋਣ ਦੀ ਲੋੜ ਕਿਉਂ ਆਈ ਮਾਈਕ ਖੋਲਿਆ ਕਿਰਨਜੀਤ ਨੂੰ ਬੋਲਣ ਨਹੀਂ ਦਿੱਤਾ ਜੇ ਕਿਸੇ ਮੈਂਬਰ ਨੂੰ ਬੋਲਣ ਨਹੀਂ ਦੇਣਾ ਫਿਰ ਸਰ ਸਖਵੀਰ ਸਿੰਘ ਜੀ ਬਾਦਲ ਯਾਦ ਰੱਖਿਓ ਇੱਕ ਦਿਨ ਤੁਹਾਨੂੰ ਵੀ ਤੁਹਾਨੂੰ ਤਾਂ ਅੱਜ ਵੀ ਨਹੀਂ ਲੋਕ ਬੋਲਣ ਦਿੰਦੇ ਕਿਸੇ ਪਿੰਡ ਚ ਜਾ ਕੇ ਦਿਖਾਓ ਤੁਹਾਡੀ ਜਿਹੜੀ ਹਾਲਤ ਆ ਇਹ ਲਫਾਫਾ ਕਲਚਰ ਬੰਦ ਕਰਨਾ ਪਊਗਾ ਮੈਂ ਪੰਜਾਬੀਆਂ ਨੂੰ ਕਹਿਣਾ ਕਿ ਆਓ ਲਫਾਫਾ ਕਲਚਰ ਬੰਦ ਕਰੀਏ ਜਿਹੜੀ ਬੇਅਦਬੀ ਮਾਮਲੇ ਲੈ ਕੇ ਤੁਸੀਂ ਕਾਫੀ ਇਸ਼ੂਜ਼ ਉਠਾਈ ਸੀਗੇ ਉਸ ਤੇ ਕੋਈ ਗੌਰ ਕੀਤੀ ਗਈ ਜਿਹੜਾ ਮੈਂ ਉੱਥੇ ਕਿਹਾ ਸੀਗਾ ਕਿ ਬਰਗਾੜੀ ਕਾਂਡ ਤੇ ਕੋਟ ਕਪੂਰਾ ਗੋਲੀ ਕਾਂਡ ਦੇ ਸਬੰਧ ਚ ਦੋਨੇ ਸਬੰਧਾਂ ਚ ਦੋ ਕਮਿਸ਼ਨ ਬਣੇ ਇੱਕ ਕਮਿਸ਼ਨ ਬਣਾਇਆ ਪ੍ਰਕਾਸ਼ ਸਿੰਘ ਬਾਦਲ ਨੇ ਤੇ ਦੂਜਾ ਕਮਿਸ਼ਨ ਹੁਣ ਬਣਾਇਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਦੋਨਾਂ ਦੀ ਰਿਪੋਰਟ ਆ ਗਈ ਮੈਂ ਕਿਹਾ ਸੀ ਆਓ ਉਸ ਰਿਪੋਰਟ ਨੂੰ ਜਨਤਕ ਕਰਕੇ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਸਾਡੇ ਅੱਧੇ ਨਾਲੋਂ ਜ਼ਿਆਦਾ ਉਥੇ ਮੈਂਬਰਾਂ ਨੇ ਉਹ ਰਿਪੋਰਟਾਂ ਪੜ੍ਹੀਆਂ ਵੀ ਨਹੀਂ ਉਹ ਸਿਰਫ ਚਾਪਲੂਸੀ ਦੇ ਲੀਡਰ ਨੇ ਚਾਪਲੂਸੀ ਦੇ ਮੈਂਬਰ ਨੇ ਰਿਪੋਰਟਾਂ ਪੜ੍ਹੀਆਂ ਨਹੀਂ ਮੈਂ ਕਿਹਾ ਸੀ ਆਓ ਅੱਜ ਉਹਨਾਂ ਰਿਪੋਰਟਾਂ ਤੇ ਬਹਿਸ ਕਰੀਏ ਤੇ ਸਿੱਖ ਕੌਮ ਨੂੰ ਅਸਲੀਅਤ ਦੱਸ ਲਈਏ ਕਿ ਦੋਸ਼ੀ ਕੌਣ ਹੈ ਪਰ ਉਹ ਬਹਿਸ ਕਰਾਉਣ ਤੋਂ ਭੱਜ ਗਏ ਰਿਪੋਰਟ ਤੇ ਡਿਬੇਟ ਕਰਾਉਣ ਤੋਂ ਦੌੜ ਗਏ ਔਰ ਉਹਨਾਂ ਨੇ ਇਹ ਡਿਬੇਟ ਨੂੰ ਮੰਨਣ ਤੋਂ ਇਨਕਾਰ ਕਰਤਾ ਹੋ ਕੇ ਨੇ ਨਹੀਂ ਅਸੀਂ ਬਹਿਸ ਨਹੀਂ ਕਰਾਉਣੀ ਮੈਨੂੰ ਕਹੀ ਗਏ ਬਹਿ ਜਾ ਬਹਿਸ ਕਰਾਵਾਂਗੇ ਬਹਿ ਜਾ ਬਹਿਸ ਕਰਾਵਾਂਗੇ ਕਦੋਂ ਇਦੋਂ ਬਾਅਦ ਤੰਬਾਕੀ ਕਰਨਾ ਕਿਤੇ ਕਿਸੇ ਨੇ ਬਹਿਸ ਦੀ ਹਮ ਹੀ ਨਹੀਂ ਭਰੀ ਮੈਂ ਸਮਝਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਉਹ ਪ੍ਰਧਾਨਗੀ ਨੂੰ ਜ਼ਿਆਦਾ ਪਿਆਰ ਕਰਦੇ ਆ ਇਸ ਕਰਕੇ ਉਹਨਾਂ ਲਈ ਬਹਿਸ ਜ਼ਰੂਰੀ ਨਹੀਂ ਜਿਹੜਾ ਪ੍ਰਧਾਨ ਚੁਣਿਆ ਕਿ ਸਹੀ ਜਗਾ ਪ੍ਰਧਾਨ ਸਹੀ ਕਿਵੇਂ ਹੋ ਸਕਦਾ ਜੀ ਲਿਵਾਫੇ ਚੋਂ ਨਿਕਲਿਆ ਵੀ ਕਦੇ ਕੋਈ ਸਹੀ ਹੋਇਆ ਇਹ ਤਾਂ ਜਿਹੜੇ ਮੈਂਬਰ ਚੁਣੇ ਗਏ ਸੀ ਇਹ ਦੁੱਖਾਂ ਤਾਂ ਮੈਂਬਰਾਂ ਨੂੰ ਆਪਣੀ ਤਾਕਤ ਦਾ ਗਿਆਨ ਨਹੀਂ ਉਹ ਸਮਝਦੇ ਆ ਸ਼ਾਇਦ ਸਾਰਾ ਕੁਝ ਸੁਖਵੀਰ ਹੀ ਹੈ ਉਹ ਸਖਵੀਰ ਨੂੰ ਮੈਨੂੰ ਆ ਗੱਲ ਕਹਿਣ ਲੱਗਿਆ ਸ਼ਰਮ ਆਉਂਦੀ ਹੈ ਉਹ ਸਖਵੀਰ ਨੂੰ ਰੱਬ ਸਮਝੀ ਬੈਠੇ ਐ ਗੁਰੂ ਗ੍ਰੰਥ ਸਾਹਿਬ ਦੇ ਕਾਤਲਾਂ ਨੂੰ ਮੈਂਬਰ ਰੱਬ ਸਮਝੀ ਜਾਂਦੇ ਐ ਉਹ ਮੇਰੇ ਮੈਂਬਰ ਭਰਾਓ ਤੁਸੀਂ ਹੁਣ ਪਿੰਡਾਂ 'ਚ ਜਾਣਾ ਲੋਕ ਸਵਾਲ ਕਰਨਗੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਕਾਂਡ ਕੋਟਕਪੂਰਾ ਗਾਂਡ ਕਾਂਡ ਤੇ ਜਦੋਂ ਬਹਿਸ ਦੀ ਗੱਲ ਚੱਲੀ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਬੋਲੋ ਕੀ ਜਵਾਬ ਦਿਓਗੇ ਕੋਈ ਜਵਾਬ ਨਹੀਂ ਉਹਨਾਂ ਕੋਲੇ ਇਹ ਲਿਫਾਫੇ ਚੋਂ ਨਿਕਲੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਲਿਸਟ ਪੜ੍ਹ ਕੇ ਸੁਣਾਈ ਗਈ ਹੈ ਕਿਸੇ ਨੂੰ ਬੋਲਣ ਦਾ ਟਾਈਮ ਨਹੀਂ ਜੀ ਬ੍ਰਹਮਪੁਰਾ ਵੱਲੋਂ ਕਾਫੀ ਮੈਂਬਰਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ ਪਰ ਫਿਰ ਵੀ ਇਹ ਤਾਂ ਬ੍ਰਹਮਪੁਰਾ ਸਾਵੀ ਦੱਸ ਸਕਦੇ ਜੇ ਉਹਨਾਂ ਨੇ ਜਾਗਰੂਕ ਕੀਤਾ ਸੀ ਤੇ ਬ੍ਰਹਮਪੁਰਾ ਸਾਹਿਬ ਇਕੱਲੇ ਕਿੰਨਾ ਚਿਰ ਲੜਾਈ ਲੜਨਗੇ ਉਹਨਾਂ ਨੂੰ ਆਪਣੀ ਟੀਮ ਨੂੰ ਥਾਪੀ ਦੇ ਕੇ ਐ ਥਾਪੀ ਦੇ ਕੇ ਤਿਆਰ ਕਰਕੇ ਤੋੜਨਾ ਚਾਹੀਦਾ ਸੀਗਾ ਵੀ ਜੱਬੇ ਬਾਣ ਲੱਗਿਓ ਤੱਬੇ ਰੋਸ ਜਾਗਿਓ ਇਹ ਰੋਸ ਦਾ ਇਜ਼ਹਾਰ ਕਰਿਓ ਪਰ ਇਹ ਦੁੱਖ ਤੇ ਅਫਸੋਸ ਹੈ ਉਹ ਆਪਣੇ ਦੁੱਖ ਨੂੰ ਮਨ ਦੀਆਂ ਮਨ ਚ ਰਹਿ ਗਿਆ ਉਹ ਨਾਲ ਲੈ ਕੇ ਮੋੜ ਕੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ